ਇਹਨਾਂ 'ਚ ਲੋਕ ਪਾਰਟੀਬਾਜ਼ੀ ਤੋਂ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਵੀ ਕਈ ਸਰਪੰਚ ਪੰਚ ਜਾਂ ਕੋਈ ਹੋਰ ਅਹੁਦੇਦਾਰ, ਫਿਰ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ, ਫਿਰ ਅਕਾਲੀ ਦਲ ਤੋਂ ਵੀ ਬਹੁਤ ਸਾਰਾ ਜਿਹੜਾ ਸਮਰਥਨ ਸਾਨੂੰ ਮਿਲ ਰਿਹਾ। ਮੇਨ ਮੁੱਦਾ ਤਾਂ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਹੜ ਰਹੀ ਆ, ਸਭ ਤੋਂ ਮੇਨ ਮੁੱਦਾ ਤਾਂ ਉਹਨੂੰ ਰੋਕਣਾ। ਜਦੋਂ ਨੌਜਵਾਨੀ ਸਿੱਧੇ ਰਸਤੇ 'ਤੇ ਆ ਜਾਊਗੀ ਤਾਂ ਬਾਕੀ ਮਸਲੇ ਉਹ ਆਪਣੇ ਆਪ ਹੀ ਹੱਲ ਕਰ ਲੈਣਗੇ। ਅਤੇ 16 ਸਾਲ ਦੇ ਸਮਰਥਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਪੰਜਾਬ ਔਰ ਆਪਣੇ ਦੇ ਵਡੇਰੇ ਤਨ ਮੁੱਖ ਰੱਖਦੇ ਹੋਇਆਂ ਆਪਣੀ ਇਹ ਸਾਨੂੰ ਸਮਰਥਨ ਦਿੱਤਾ ਅਤੇ ਆਪਣੀ ਉਮੀਦਵਾਰੀ ਛੱਡੀ ਉਹਨਾਂ ਨੇ। ਇਸ ਕਰਕੇ ਅਸੀਂ ਉਹਨਾਂ ਦੇ ਸਾਥੀਆਂ ਸੰਗੀਆਂ ਸਾਥੀਆਂ ਦਾ, ਸਰਬੰਧੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਜਿਹੜਾ ਪੰਜਾਬ ਦੇ ਹਿੱਤ 'ਚ ਇੰਨਾ ਫੈਸਲਾ ਲਿਆ, ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ। ਜਿਹੜਾ ਲੋਕ ਸਭਾ ਖਡੂਰ ਸਾਹਿਬ ਹੈ, ਇੱਥੇ ਸਿਰਫ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਵੀ ਜਿਹੜਾ ਸਮਰਥਨ ਮਿਲਣਾ ਸ਼ੁਰੂ ਹੋਇਆ? ਹਾਂਜੀ, ਅਸੀਂ ਸਾਰੇ ਸ਼ਹਿਰਾਂ 'ਚ ਕਪੂਰਥਲਾ ਘੁੰਮੇ ਹਾਂ, ਜੰਡਿਆਲਾ ਗੁਰੂ ਘੁੰਮੇ ਹਾਂ, ਬਾਕੀ ਹੋਰ ਵੀ ਸ਼ਹਿਰਾਂ 'ਚ ਅਸੀਂ ਸੁਲਤਾਨਪੁਰ ਲੋਧੀ, ਸਭ ਸ਼ਹਿਰਾਂ 'ਚ ਹਿੰਦੂ ਭਾਈਚਾਰਾ ਵੀ ਸਾਨੂੰ ਬਹੁਤ ਵੱਡਾ ਸਮਰਥਨ ਦੇ ਰਿਹਾ। ਇਸ ਕਰਕੇ ਜਿਹੜੇ ਇਹ ਲੋਕ ਪੋਲੀਟੀਕਲ ਪਾਰਟੀਆਂ ਸਾਡੇ 'ਚ ਸਾਡੇ ਭਾਈਚਾਰੇ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਉਹਨਾਂ ਦੇ ਆਉਣ ਆਹ ਹੋਜੂਗਾ, ਲੇਕਿਨ ਉਹ ਸਾਰੇ ਸਮਝਦੇ ਆ ਕਿ ਜੇ ਪੰਜਾਬ ਨੂੰ ਸਹੀ ਅਰਥਾਂ 'ਚ ਭਾਈਚਾਰਾ ਮਜ਼ਬੂਤ ਕੀਤਾ ਜਾ ਸਕਦਾ ਕਿ ਉਹ ਸੱਚੇ ਦਿਲੋਂ, ਨਾ ਕਿ ਰਾਜਨੀਤਿਕ ਤੌਰ 'ਤੇ ਆਪਣੇ ਲਾਭ ਹਾਨੀ ਵਾਸਤੇ ਕੋਈ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਣ। ਇਸ ਕਰਕੇ ਮੇਰੇ ਖਿਆਲ ਕਿ ਉਹਨਾਂ ਨੂੰ ਵੀ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ, ਨਸ਼ਿਆਂ ਦੀ ਵਜ੍ਹਾ ਨਾਲ ਗੁੰਡਾਗਰਦੀ ਕਤਲੋ ਗਰਦ ਵੱਧ ਰਹੀ ਆ, ਉਹ ਤੋਂ ਉਹ ਵੀ ਭਾਈਚਾਰਾ ਵਿੱਚ ਚਿੰਤਤ ਆ। ਇਸ ਕਰਕੇ ਸਭ ਜਗ੍ਹਾ 'ਤੇ ਬਹੁਤ ਭਰਪੂਰ ਸਮਰਥਨ ਮਿਲ ਰਿਹਾ। ਜਿਹੜੀ ਐਤਕੀ ਲੋਕ ਸਭਾ ਇਲੈਕਸ਼ਨਾਂ 'ਚ ਕਈ ਜਗ੍ਹਾ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹ ਭੱਦੀ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ, ਲੱਗਦਾ ਹੈ ਕਿ ਜਿਹੜੇ ਇਲੈਕਸ਼ਨਸ ਨੇ ਉਹ ਜੇ ਲੋਕਤੰਤਰ ਦਾ ਹਿੱਸਾ ਤੇ ਇਸ ਤਰ੍ਹਾਂ ਦੀ ਟਿੱਪਣੀਆਂ ਹੋਣੀਆਂ ਚਾਹੀਦੀਆਂ? ਨਹੀਂ ਜੀ, ਇਹ ਤਾਂ ਜਿਹੜਾ ਕੋਈ ਸਹੀ ਇਨਸਾਨ ਆ ਉਹ ਕਿਸੇ 'ਤੇ ਇਹੋ ਜਿਹੀ ਭੱਦੀ ਟਿੱਪਣੀ ਕਰਨ ਲੱਗੇ 100 ਵਾਰੀ ਸੋਚਦਾ, ਕਿਉਂਕਿ ਇਹ ਸਾਰੇ ਇੱਥੇ ਧੀਆਂ ਭੈਣਾਂ 'ਚ ਉਹ ਸਾਰੇ ਸਾਂਝੀਆਂ ਵਾ। ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ, ਸਾਡੇ ਜਿਹੜੇ ਖਾਸ ਕਰਕੇ ਸਾਡੇ ਸਮਰਥਕ ਵੀ, ਕਿ ਕਿਸੇ ਨੂੰ ਕਿਸੇ ਗੱਲ ਦਾ ਜਵਾਬ ਦੇਣਾ ਉਹ ਬੜੇ ਸੱਭਿਅਕ ਭਾਸ਼ਾ 'ਚ ਬੜੇ ਪਵਿੱਤਰ ਸ਼ਬਦਾਂ 'ਚ ਦੇਣਾ ਚਾਹੀਦਾ। ਇਸ ਕਰਕੇ ਇਹੋ ਜਿਹੀਆਂ ਭੱਦੀਆਂ ਟਿੱਪਣੀਆਂ ਜਾਂ ਇਹੋ ਜਿਹੀਆਂ ਜਿਹੜੇ ਕਰਦੇ ਆ ਉਹ ਆਪਣੇ ਕਿਰਦਾਰ ਦਾ ਮੁਜ਼ਾਹਰਾ ਕਰਦੇ ਕਿ ਅਸੀਂ ਕਿੱਦਾਂ, ਸਾਡੀ ਸੋਚ ਕਿੱਦਾਂ ਦੀ। ਜਿਹੜੀ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਲੜੇ ਨੇ ਅੰਮ੍ਰਿਤਪਾਲ ਸਿੰਘ, ਕੁਛ ਜਿਹੜੀ ਰਵਾਇਤੀ ਪਾਰਟੀਆਂ ਦੇ ਕਈ ਆਗੂ ਸੀ ਉਹਨਾਂ ਵੱਲੋਂ ਵੀ ਕੀ ਤੁਹਾਨੂੰ ਸਮਰਥਨ ਮਿਲਦਾ ਪਿਆ? ਜਿਹੜੀ ਕਾਂਗਰਸ ਹੋ ਗਈ ਜਾਂ ਬਾਕੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਪਿੰਡਾਂ ਦੇ ਲੀਡਰਸ ਨੇ ਉਹਨਾਂ ਵੱਲੋਂ ਵੀ ਕੁਛ? ਹਾਂਜੀ, ਪਿੰਡਾਂ 'ਚ ਲੋਕ ਪਾਰਟੀਬਾਜ਼ੀ ਤੋਂ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ ਦੇ ਵੀ ਕਈ ਸਰਪੰਚ ਪੰਚ ਜਾਂ ਕੋਈ ਹੋਰ ਅਹੁਦੇਦਾਰ, ਫਿਰ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ, ਫਿਰ ਅਕਾਲੀ ਦਲ ਤੋਂ ਵੀ ਬਹੁਤ ਸਾਰਾ ਜਿਹੜਾ ਸਮਰਥਨ ਸਾਨੂੰ ਮਿਲ ਰਿਹਾ। ਅਸੀਂ ਉਹ ਜਿਹੜੀ ਆਪਣੀ ਆਜ਼ਾਦ ਸੋਚ ਦਾ ਮੁਜ਼ਾਹਰਾ ਕਰਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਾਂ ਪੰਜਾਬ ਦੇ ਹਿੱਤਾਂ ਲਈ, ਪੰਜ ਦੇ ਹਿੱਤਾਂ ਲਈ ਜਿਹੜਾ ਕੰਮ ਕਰ ਰਹੇ ਉਹਨਾਂ ਦਾ ਵੀ ਅਸੀਂ ਤਹਿ ਦਿਲ ਧੰਨਵਾਦ ਕਰਦੇ ਹਾਂ। ਬਾਕੀ ਵੀ ਇਹ ਪੰਜਾਬੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਸਮਾਂ ਜਿਹੜਾ ਪਾਰਟੀਬਾਜ਼ੀ ਤੋਂ, ਧੜੇਬਾਜ਼ੀ ਤੋਂ, ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਰਥਨ ਕਰਨ ਦਾ ਸਮਾਂ ਹੈ, ਕਿ ਜਿਹੜੇ ਕਿ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ, ਅਤੇ ਉਹਨਾਂ ਗੁਰੂਆਂ ਪੀਰਾਂ ਦੇ ਜਿਹੜਾ ਸੰਕਲਪ ਆ ਕਿ ਸਭ ਦੇ ਭਲੇ ਦਾ, ਕਿ ਅਸੀਂ ਤਾਂ ਸਾਰੇ ਜਣੇ ਮਿਲ ਜੁਲ ਕੇ ਸਭ ਦੇ ਭਲੇ ਦੀ ਕੰਮ ਕਰੀਏ ਅਤੇ ਸਾਰੇ ਇਕੱਠੇ ਆਏ ਲੜਾਈ ਲੜੀਏ। ਜਿਹੜੇ ਕਿਹੜੇ ਮੁੱਖ ਜਿਹੜੇ ਕੰਮ ਹੈਗੇ ਆ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਹੀਂ ਕੀਤੇ ਆਪਾਂ ਕਰਨ ਜਾ ਰਹੇ ਹਾਂ? ਨਹੀਂ, ਇਹ ਜੀ ਇਹ ਸਮਾਂ ਹੁਣ ਤਾਂ ਦੱਸਿਆ ਜਾ ਸਕਦਾ, ਜਿਹੜੇ ਮੇਨ ਮੁੱਦਾ ਤਾਂ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ 'ਚ ਹੜ ਰਹੀ ਆ, ਸਭ ਤੋਂ ਮੇਨ ਮੁੱਦਾ ਤਾਂ ਉਹਨੂੰ ਰੋਕਣਾ। ਜਦੋਂ ਨੌਜਵਾਨੀ ਸਿੱਧੇ ਰਸਤੇ 'ਤੇ ਆ ਜਾਊਗੀ ਤਾਂ ਬਾਕੀ ਮਸਲੇ ਉਹ ਆਪਣੇ ਆਪ ਹੀ ਹੱਲ ਕਰ ਲੈਣਗੇ। ਜਿੰਨਾ ਚਿਰ ਸਾਡੀ ਨੌਜਵਾਨੀ ਗਲਤ ਰਸਤਿਆਂ 'ਚ ਅਤੇ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਸਾਰੀਆਂ ਬੇਕਾਰ ਜਾ ਰਹੀਆਂ, ਇੱਕ ਜੋ ਕੋਈ ਮਾਂ ਬਾਪ ਦਾ ਜਿਹੜਾ ਪੁੱਤਰ ਨਸ਼ੇ 'ਚ ਰੁੜ ਜਾਂਦਾ, ਉਹਦੀਆਂ ਇਹ ਜਿਹੜੀ ਕਈ ਸਾਲਾਂ ਦੀ ਕਮਾਈ, ਸਾਰੀ ਉਮਰਾਂ ਦੀ ਕਮਾਈ ਉਹ ਦਿਨਾਂ 'ਚ ਬਰਬਾਦ ਹੋ ਜਾਂਦੀ। ਇਸ ਕਰਕੇ ਉਹਨਾਂ ਚਿਰ ਤੱਕ ਤੁਸੀਂ ਕਾਮਨਾ ਨਹੀਂ ਕਰ ਸਕਦੇ ਕਿ ਅਸੀਂ ਵਿਕਾਸ ਕਰ ਸਕਦੇ ਹਾਂ, ਤਰੱਕੀ ਕਰ ਸਕਦੇ, ਜਿੰਨੇ ਸਾਰੇ ਨੌਜਵਾਨ ਸਹੀ ਰਸਤੇ 'ਤੇ ਨਹੀਂ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੰਤ ਸਿੰਘ ਸੋਹਲ, ਮਿਸ਼ਨ ਯਾਦ ਹੈਲਪ ਆਰਗਨਾਈਜੇਸ਼ਨ ਰਜਿਸਟਰਡ ਪੰਜਾਬ, ਚੇਅਰਮੈਨ ਪੰਜਾਬ। ਅਸੀਂ ਹਲਕਾ ਖਡੂਰ ਸਾਹਿਬ ਤੋਂ ਆਪਣੇ ਕਾਗਜ਼ ਦਾਖਲ ਕੀਤੇ ਸੀ ਔਰ ਸਾਨੂੰ ਜਿਹੜਾ ਚੋਣ ਨਿਸ਼ਾਨ ਸੀ ਸਮੁੰਦਰੀ ਜਹਾਜ਼,
ਮਿਲਿਆ ਔਰ ਪਹਿਲਾਂ ਵੀ ਸਾਨੂੰ ਸਮੁੰਦਰੀ ਜਹਾਜ਼ ਮਿਲਿਆ ਸੀ 2022 ਵਿਧਾਨ ਸਭਾ ਦੇ ਵਿੱਚ। ਇਸ ਸਮੇਂ ਅਸੀਂ ਜੋ ਆਪਣਾ ਜਿਹੜਾ ਸਮਰਥਨ ਹੈ ਸਾਡਾ, ਇਹ ਖੁੱਲ੍ਹਾ ਸਮਰਥਨ ਅਸੀਂ ਆਪਣੇ ਸਾਥੀਆਂ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਉਹਨਾਂ ਦੇ ਫਾਦਰ ਸਾਹਿਬ ਆਏ ਸੀ, ਉਹਨਾਂ ਨੂੰ ਅਸੀਂ ਦੇ ਚੁੱਕੇ ਹਾਂ। ਕੀ ਕਾਰਨ ਬਣਿਆ, ਕੀ ਮਨ ਕਿਸ ਤਰ੍ਹਾਂ ਬਦਲਿਆ ਤੁਹਾਡਾ ਤੇ ਕੀ ਕਾਰਨ? ਵੇਖੋ ਅੱਜ ਰਾਤ ਦੇ ਸਮੇਂ ਤੁਸੀਂ ਪ੍ਰੈਸ ਵਾਲੇ ਵੀਰ ਵੀ ਕਿਤੇ ਨਹੀਂ ਜਾ ਸਕਦੇ, ਪੰਜਾਬੀ ਕੋਈ ਵੀ ਨਹੀਂ ਜਾ ਸਕਦਾ। ਰਾਤ ਦੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ, ਲੁੱਟਾਂ ਖੋਹਾਂ ਚੋਰੀਆਂ, ਲੁੱਟਾਂ ਖੋਹਾਂ ਚੋਰੀਆਂ ਦਾ ਮੇਨ ਮਕਸਦ ਇਹੀ ਹੈ, ਬੇਰੁਜ਼ਗਾਰੀ ਅਤੇ ਨਸ਼ਾ, ਦੋ ਹੀ ਮੁੱਦੇ ਨੇ ਅਤੇ ਦੋ ਮੁੱਦਿਆਂ ਦੇ ਉੱਤੇ ਹੀ ਧਿਆਨ ਦੇ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ। ਨਹੀਂ, ਔਰਗਨਾਈਜੇਸ਼ਨ ਜਿਹੜੀ ਸਾਡੀ ਹੈਗੀ ਆ ਉਹ ਅਲੱਗ ਅਲੱਗ ਜ਼ਿਲ੍ਹਿਆਂ ਦੇ ਜੋ ਡਿਸਟ੍ਰਿਕਟ ਪ੍ਰੈਜੀਡੈਂਟ ਨੇ, ਤਹਿਸੀਲ ਪ੍ਰੈਜੀਡੈਂਟ ਨੇ, ਜੋ ਵੀ ਅਹੁਦੇਦਾਰ ਨੇ ਦਰਜਾ ਬੇ ਦਰਜਾ, ਉਹਨਾਂ ਸਾਰਿਆਂ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਹੀ ਅਹਿਮ ਫੈਸਲਾ ਲਿਆ ਗਿਆ ਹੈ ਕਿ ਅਸੀਂ ਹਰ ਸਾਲ ਵੋਟ ਪਾਉਂਦੇ ਹਾਂ, ਕਦੀ ਕਿਸੇ ਪਾਰਟੀ ਨੂੰ ਕਦੀ ਕਿਸੇ ਪਾਰਟੀ ਨੂੰ, ਅਤੇ ਕਿਉਂ ਨਾ ਇਸ ਸਮੇਂ ਨਸ਼ਿਆਂ ਦੀ ਜਿਹੜੀ ਜੰਗ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜੋ ਲੜ ਰਹੇ ਨੇ ਅਤੇ ਉਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਜਿਹੜਾ ਪੰਜਾਬ 'ਚ ਜੇ ਨਸ਼ਾ ਖਤਮ ਹੋਏਗਾ ਜਾਂ ਨਸ਼ੇ ਨੂੰ ਕੰਟਰੋਲ ਕੀਤਾ ਜਾਵੇਗਾ ਜਾਂ ਉਸਦੇ ਲਈ ਕੋਈ ਉਪਰਾਲੇ ਕੀਤੇ ਜਾਣਗੇ, ਨੌਜਵਾਨ ਜਿਹੜੇ ਆ ਜੇ ਬੇਰੁਜ਼ਗਾਰੀ ਤੋਂ ਥੋੜ੍ਹਾ ਅਲਗ ਹੋ ਜਾਣਗੇ, ਉਹਨਾਂ ਨੂੰ ਨੌਕਰੀਆਂ ਮਿਲ ਸਕਣਗੀਆਂ, ਰਾਤ ਦੀਆਂ ਚੋਰੀਆਂ ਤਾਂ ਹੀ ਰੁਕ ਸਕਦੀਆਂ ਨੇ, ਤਾਂ ਹੀ ਆਪਾਂ ਸ਼ਰੇਆਮ ਚੱਲ ਸਕਦੇ ਹਾਂ। ਦੇਖੋ ਜੀ, ਜਸਵੰਤ ਸਿੰਘ ਸੋਹਲ ਜੋ ਆਜ਼ਾਦ ਉਮੀਦਵਾਰ ਸੀ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਵੇਖ ਕੇ ਜੋ ਇਹ ਅੱਜ ਵੱਡਾ ਉਪਰਾਲਾ ਕੀਤਾ ਕਿ ਉਹਨਾਂ ਨੂੰ ਜਿਹੜਾ ਸਮਰਥਨ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਸੋਹਲ ਸਾਹਿਬ ਦਾ ਵੀ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦਿੱਤਾ। ਮੇਰੇ ਨਾਲ ਭਾਈ ਦਲਜੀਤ ਸਿੰਘ ਜਵੰਦਾ ਜਿਨ੍ਹਾਂ ਦੇ ਜਿਨ੍ਹਾਂ ਨੇ ਪ੍ਰੇਰਿਆ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਅੱਜ ਇਹ ਵੱਡਾ ਬਲ ਮਿਲਿਆ ਸਾਨੂੰ।